ਸ਼੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਅੰਮ੍ਰਿਤਸਰ ਵੱਲੋਂ ਦੂਜੇ 3 ਰੋਜ਼ਾ ਰਾਸ਼ਟਰਪਤੀ ਬਾਇਓਐਥਿਕਸ ਐਂਡ ਮੈਡੀਕਲ ਰਿਸਰਚ ਕਾਨਫਰੰਸ ਦਾ ਆਯੋਜਨ ਕੀਤਾ ਗਿਆ। MCI ਨਈ ਦਿੱਲੀ ਦੀ ਅਕੈਡਮਿਕ ਕਮੇਟੀ ਦੇ ਚੇਅਰਮੈਨ ਡਾਕਟਰ ਵੇਦ ਪ੍ਰਕਾਸ਼ ਮਿਸ਼ਰਾ ਮੁੱਖ ਮਹਿਮਾਨ ਸਨ ਅਤੇ SRM ਇੰਸਟੀਟਿਊਟ ਚੇਨਈ ਦੇ ਵਾਈਸ ਚਾਂਸਲਰ ਉਚੇਚੇ ਤੌਰ 'ਤੇ ਮੌਜੂਦ ਸਨ। ਮਾਹਰ ਡਾਕਟਰਾਂ ਨੇ ਵੱਖ ਵੱਖ ਵਿਸ਼ਿਆਂ 'ਤੇ ਵਿਚਾਰ ਸਾਂਝੇ ਕੀਤੇ। ਇਸ ਕਾਨਫਰੰਸ ਵਿੱਚ ਪੂਰੇ ਭਾਰਤ ਤੋਂ 850 ਵਿਦਿਆਰਥੀਆਂ ਨੇ ਹਿੱਸਾ ਲਿਆ। ਸਕੱਤਰ ਡਾਕਟਰ ਰੂਪ ਸਿੰਘ, ਵਾਈਸ ਚਾਂਸਲਰ ਡਾਕਟਰ ਕੁਵੰਤ ਸਿੰਘ ਦੈਲ, ਡੀਨ ਡਾਕਟਰ AP ਸਿੰਘ, ਡਾਇਰੈਕਟਰ ਪ੍ਰਿੰਸੀਪਲ ਡਾਕਟਰ ਮਨਜੀਤ ਸਿੰਘ ਉੱਪਲ ਵੀ ਮੌਜੂਦ ਸਨ। ਅੱਜ ਕੀ ਜੋ ਕਾਨਫਰੰਸ ਹੈ, ਇਸ ਕਾ ਮੇਨ ਪਰਪਸ ਇਹ ਹੈ ਕਿ ਸਮਾਜ ਕੇ ਅੰਤਰਗਤ ਵਿਵਸਾਏ ਔਰ ਸਮਾਜ, ਇਨ ਦੋਨੋ ਕੇ ਅੰਤਰਗਤ ਏਕ ਸੂਤਰਤਾ ਕੈਸੇ ਨਿਰਮਾਣ ਹੋ। ਇਹ ਏਕ ਸੂਤਰਤਾ ਵੈਲਿਊ ਬੇਸਡ ਹੋ, ਮੋਰੈਲਿਟੀ ਕੇ ਸਾਥ ਹੋ, एथिकैलिटी के साथ हो, समाज उपयोगी हो और सर्व समाज विषयक हो। इसके लिए एक अच्छी चर्चा, व्यावसायिक चर्चा और परिणामकारक चर्चा इथियोस का उद्देश्य है और मुझे ऐसा लगता है कि ये सामयिक होने के साथ ही साथ निश्चित तौर के ऊपर में समाधान निर्मिति की दृष्टि से एक कारगर कदम और मील का पत्थर साबित होगा।